ਅਸਲਾਮੁਅਲੈਕਮ ਦੋਸਤੋ ਮਾਸ਼ਾਅੱਲਾ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਖਾਸ ਲੋਕੇਸ਼ਨ ਤੇ ਇੰਤਖਾਈ ਸਸਤੀ ਐਜ਼ਰਾ ਜ਼ਮੀਨ ਦੀ ਵੀਡੀਓ ਲੈ ਕੇ حاضر ਹੋਇਆ ਇਨਸ਼ਾਅੱਲਾ ਉਮੀਦ ਹੈ ਕਿ ਦੋਸਤਾਂ ਨੂੰ ਇਹ ਬੜੀ ਪਸੰਦ ਆਵੇਗੀ ਦੋਸਤੋ ਇਹ ਕੁਦਰਤੀ ਪਾਣੀ ਵਾਲਾ ਚਸ਼ਮਾ ਸਭ ਤੋਂ ਪਹਿਲੇ ਆਪਾਂ ਦੋਸਤਾਂ ਨੂੰ ਦਿਖਾਉਂਦੇ ਪਏ ਹਾਂ ਕੁਦਰਤੀ ਪਾਣੀ ਵਾਲਾ ਚਸ਼ਮਾ ਜਿੱਥੇ ਕਿ 12 ਮਹੀਨੇ ਪਾਣੀ ਚੱਲ ਹੀ ਰਹਿੰਦਾ ਹੈ ਦੋਸਤੋ 12 ਮਹੀਨੇ ਇੱਥੇ ਪਾਣੀ ਚੱਲਦਾ ਰਹਿੰਦਾ ਹੈ ਤੇ ਇਹ ਕੁਦਰਤੀ ਪਾਣੀ ਵਾਲਾ ਚਸ਼ਮਾ ਆਪਣੀ ਜ਼ਮੀਨ ਦੇ ਇੰਨਾ ਕੋ ਕਰੀਬ ਹੈ ਕਿ ਆਪਾਂ ਇਹਦਾ ਪਾਣੀ ਇਸਤੇਮਾਲ ਕਰ ਸਕਨੇ ਆ ਦੋਸਤੋ ਇਹ ਚਸ਼ਮੇ ਦਾ ਪਾਣੀ ਆਪਾਂ ਆਪਣੀ 19 ਏਕੜ ਜ਼ਰੇਈ ਜ਼ਮੀਨ ਵਾਸਤੇ ਇਸਤੇਮਾਲ ਕਰ ਸਕਨੇ ਆ ਤੁਸੀਂ ਆਪਣੀ ਜ਼ਰੇਈ ਜ਼ਮੀਨ ਤੇ ਪਾਣੀ ਵਾਸਤੇ ਡੈਮ ਵੀ ਬਣਾ ਸਕਦੇ ਜੀ ਯਾਨੀ ਕਿ ਤੁਹਾਨੂੰ ਇਹਦਾ ਪਾਣੀ ਮਿਲੇਗਾ ਦੋਸਤੋ ਇਹ ਰਸਤਾ ਸਰਕਾਰੀ ਜਿੱਥੇ ਕਿ ਆਪਣੀ ਜ਼ਮੀਨ ਦਾ ਫਰੰਟ ਹੈਗਾ ਇਹ ਤੁਸੀਂ ਦੋਸਤੋ ਐ ਸਮਝ ਲੈਣਾ ਹੈ ਕਿ ਜਿਵੇਂ ਕਾਰਪਟ ਰੋਡ ਯਾਨੀ ਕਿ ਪੱਕਾ ਰਸਤਾ ਮੌਕੇ ਤੇ ਮੌਜੂਦ ਹੈ ਤੁਸੀਂ ਇਹ ਨਹੀਂ ਦੇਖਣਾ ਹੈਗਾ ਕਿ ਭਾਈ ਅਬਦਲ ওয়াহিদ ਆਪਾਂ ਨੂੰ ਰਸਤਾ ਕੱਚਾ ਵਹਾਦਾ ਪਿਆ ਤੇ ਗੱਲ ਕੀਤੀ ਜਾਂਦਾ ਪੱਕੇ ਰਸਤੇ ਦੀ ਦੋਸਤੋ ਜਿਹੜੀ ਗੱਲ ਆਪਾਂ ਕਰਾਂਗੇ ਉਹਦੇ ਵਿੱਚ 1% ਵੀ ਗਲਤੀ ਬਿਆਨੀ ਨਹੀਂ ਹੋਵੇਗੀ ਤੁਸੀਂ ਮੌਕੇ ਤੇ ਆਉਂਗੇ ਤੁਹਾਨੂੰ ਇਨਸ਼ਾਅੱਲਾ ਪੱਕਾ ਰਸਤਾ ਮਿਲੇਗਾ ਦੋਸਤੋ ਯਾਨੀ ਕਿ ਚੰਦ ਕਦਮਾਂ ਤੇ ਰਸਤਾ ਪੱਕਾ ਜੀ ਆਪਣੀ ਤੁਸੀਂ ਗੱਲ ਨੋਟ ਕਰ ਲੈਣੀ ਏ ਦੋਸਤ ਨੂੰ ਮਿਲੇਗਾ ਚੰਦ ਕਦਮਾਂ ਤੇ ਇੰਤਖਾਈ ਕਰੀਬ ਪੱਕਾ ਰਸਤਾ ਤੇ ਇਸ ਰਸਤੇ ਤੇ ਰਸਤਾ ਸਰਕਾਰੀ ਏ ਤੇ ਰਸਤੇ ਤੇ ਆਪਣੀ 19 ਏਕੜ ਜ਼ਮੀਨ ਦਾ ਤਕਰੀਬਨ ਕੁਇ ਡੈਡ ਏਕੜ ਫਰਾਂਟ ਤੁਸੀਂ ਅਹੀਂ ਸਮਝ ਲੈਣਾ ਕਿ ਤਕਰੀਬਨ ਕੁਇ فٹ. 250 فٹ یعنی کہ 250 فٹ ఇన్ द फ्रंट ਹੈਗਾ ਜੇ ਇਸ ਰਸਤੇ ਤੇ ਆਪਣੀ ਜ਼ਮੀਨ ਦਾ ਮੁਕੰਮਲ ਜ਼ਮੀਨ آباد زرਖੇਜ਼ 15 پلاਟ پلان پلاਟ ਦੋਸਤੋ ਨੂੰ ਬਾਹਰ ਬੁਖਾਰ ਦਿਖਾਉਂਦੇ ਪਏ ਆ ਇਹ ਵੇਖੋ ਦੋਸਤੋ ਥੋੜੇ ਅੱਗੇ ਜਾ ਕੇ ਜਿੱਥੇ ਮੋੜ ਹੈਗਾ ਇੱਥੂ ਦਿਖਾਣੇ ਆ ਵੇਖੋ ਇਹ तमाम ਆਪਣੀ ਜ਼ਮੀਨ ਜੇ ਬਿਲਕੁਲ 15 پلان پلاਟ ਮੁਕੰਮਲ زرਖੇਜ਼ ਜ਼ਮੀਨ अच्छी मिट्टी वाली जमीन के خالص मिट्टी वाला रकबा ਤੁਹਾਡੇ ਸਾਹਮਣੇ 나 ਕੋਈ ਕੰਕਰ 나 ਕੋਈ ਰੇਤ ਬਿਲਕੁਲ ਵੀ ਉੱਚੀ ਨੀ ਵੀ ਨਹੀਂ ਹੈਗੀ ਬਿਲਕੁਲ ਪਲੈਨ ਪਦਰਾ ਪਲਾਟ ਇਹ ਦੋਸਤਾਂ ਦੇ ਸਾਹਮਣੇ ਇਹਦੇ ਵਿੱਚ ਕੋਈ ਉਲਾ ਨਹੀਂ ਹੈਗਾ ਆਪਾਂ ਦੋਸਤਾਂ ਨੂੰ ਦਿਖਾਉਂਦੇ ਪਏ ਆ बार-बार ਕਿ ਬਿਲਕੁਲ ਪਲੈਨ ਪਲਾਟ ਹੈ ਰਸਤਾ ਸਾਫ਼ ਹੈ ਦੋਸਤਾਂ ਦੀ ਹਰ ਇੱਕ ਚੀਜ਼ ਮੌਕੇ ਤੱਕ ਆ ਸਕਦੀ ਹੈ ਆ ਵੇਖੋ ਦੋਸਤੋ ਇਹ ਬਿਲਕੁਲ ਤਾਜ਼ਾ ਤਾਜ਼ਾ ਇਤੇ ਹਲ ਚੱਲਿਆ ਹੈ ਮਕਮਲ ਆਬਾਦ ਜ਼ਮੀਨ ਹੈ ਤੇ زرਖੇਜ਼ ਜ਼ਮੀਨ ਹੈ ਦੋਸਤੋ ਜ਼ਿਲ੍ਹਾ ਚਕਵਾਲ ਤਹਿਸੀਲ ਚਕਵਾਲ ਚਕਵਾਲ ਸੁਆਵਾ ਮੈਨ ਰੋਡ ਤੋਂ 10 ਕਿਲੋਮੀਟਰ ਫਾਸਲੇ ਤੇ ਤੇ ਚਕਵਾਲ 라ਵਲ ਪਿੰਡੀ ਮੈਨ ਰੋਡ ਤੋਂ ਵੀ 10 ਕਿਲੋਮੀਟਰ ਫਾਸਲੇ ਤੇ ਯਾਨੀ ਕਿ ਦੋਵਾਂ ਰੋਡਾਂ ਤੋਂ 10 ਕਿਲੋਮੀਟਰ ਫਾਸਲੇ ਤੇ ਇਹ ਆਪਣੇ ਕੋਲੇ 19 ਏਕੜ ਇੰਤਖਾਈ ਘੱਟ ਕੀਮਤ ਵਿੱਚ ਦੋਸਤੋ ਇੰਤਖਾਈ ਕਮ ਕੀਮਤ ਤੇ ਇਹ ਮੁਰਾਦ ਹੁੰਦਾ ਤੁਸੀਂ ਮੌਕੇ ਤੇ ਆਉਂਗੇ ਨਾ ਤੇ ਆਸ-ਪਾਸ ਜ਼ਮੀਨਾਂ ਦੀ ਕੀਮਤ ਕਣੀ ਹੋਵੇਗੀ ਲੇਕਿਨ ਆਪਣੀ ਜ਼ਮੀਨ ਦੀ ਕੀਮਤ ਸਭ ਤੋਂ ਥੋੜੀ ਹੋਵੇਗੀ ਦੋਸਤੋ ਇਹ ਹੁੰਦਾ ਇੰਤਖਾਈ ਕਮ ਕੀਮਤ ਵਿੱਚ ਮੌਕਾ ਤੇ ਜਦੋਂ ਤੁਸੀਂ ਆਪਣੀ ਵੀਡੀਓ ਮੁਕੰਮਲ ਦੇਖੋਗੇ ਨਾ ਤੇ ਜ਼ਮੀਨ ਦੀ ਕੀਮਤ ਸੁਣੋਗੇ ਤੇ ਇਨਸ਼ਾਅੱਲਾ ਤੁਸੀਂ ਖੁਦ ਇਹ ਗੱਲ ਕਰੋਗੇ ਕਮੈਂਟ ਦੇ ਵਿੱਚ ਕਿ ਵਾਕਈ ਕਮ ਕੀਮਤ ਤੇ ਖਾਸ ਲੋਕੇਸ਼ਨ ਹੈ ਤੇ ਅੱਛੀ ਜ਼ਮੀਨ ਹੈ ਕਿਉਂਕਿ ਤੁਸੀਂ ਜ਼ਮੀਨ ਦੀ ਕੰਡੀਸ਼ਨ ਚੈੱਕ ਕਰੋ ਇਹ ਆਪਣਾ ਰਕਬਾ ਚੈੱਕ ਕਰੋ ਤੇ ਇਹ ਸਭ ਨਾਲ ਤੁਹਾਨੂੰ ਇੰਦੀ ਡਿਮਾਂਡ ਇੰਤਖਾਈ ਪਸੰਦ ਆਣੀ ਚੇ ਤੇ ਦੋਸਤੋ ਬਿਜਲੀ ਮੌਕੇ ਤੇ ਮੌਜੂਦ ਏ ਬਿਜਲੀ ਬਿਲਕੁਲ ਮੌਕੇ ਤੇ ਮੌਜੂਦ ਏ ਫਾਸਲਾ ਨਹੀਂ ਹੈਗਾ ਕਿ ਬਿਜਲੀ ਆਪਾਂ ਇਸਤੇਮਾਲ ਕਰ ਸਕਨੇ ਆ ਯਾਨੀ ਕਿ ਤੁਸੀਂ ਅੱਜ ਇੱਥੇ ਆਪਣਾ ਡੇਰਾ ਬਣਾਓ ਤੁਹਾਨੂੰ ਮੌਕੇ ਤੇ ਜਿਹੜਾ ਕਿ ਬਿਜਲੀ ਮਿਲੇਗੀ ਤੁਸੀਂ ਆਪਣਾ ਮੀਟਰ ਲਗਾਓ ਇਹ ਕੁਦਰਤੀ ਪਾਣੀ ਵਾਲਾ ਚਸ਼ਮਾ ਆਪਾਂ ਦੋਸਤਾਨੂ ਸ਼ੁਰੂ ਤੋਂ ਦਿਖਾ ਚੁੱਕੇ ਹਾਂ ਦੁਬਾਰਾ ਫਿਰ ਆਪਾਂ ਮੂਵੀ ਦੇ ਐਂਡ ਵਿੱਚ ਦਿਖਾ ਦੇਾਂਗੇ ਆ ਵੇਖੋ ਦੋਸਤੋ ਦਿਖਾਉਣ ਦਾ ਪਾ ਥੋੜਾ ਜਿਹਾ ਸਿੱਧਾ ਕੈਮਰਾ ਕਰਕੇ ਨਾ ਕਿ ਬਿਜਲੀ ਮੌਕੇ ਤੇ ਮੌਜੂਦ ਹੈ ਆ ਵੇਖੋ ਬਿਜਲੀ ਮੌਕੇ ਤੇ ਮੌਜੂਦ ਹੈ ਆਸ-ਪਾਸ ਆਬਾਦੀ ਹੈਗੀ ਆਸ-ਪਾਸ ਡੇਰੇ ਹੈਗੇ ਨਹੀਂ ਬਲਕਿ ਡੇਰੇ ਕੀ ਆਸ-ਪਾਸ ਜ਼ੈਤੂਨ ਦਾ ਬਾਗ ਮੌਜੂਦ ਹੈ ਤੁਸੀਂ ਮੌਕੇ ਤਾਂ ਹੋਗੇ ਨਾ ਤੁਹਾਨੂੰ ਆਪਾਂ ਆਸ-ਪਾਸ ਡੇਰੇ ਵਿਖਾਵਾਂਗੇ ਤੇ ਆਸ-ਪਾਸ ਜ਼ੈਤੂਨ ਦਾ ਬਾਗ ਵਿਖਾਵਾਂਗੇ ਯਾਨੀ ਕਿ ਜ਼ਤੂਨ ਦੀ ਕਾਸ਼ਤ ਵਾਸਤੇ ਤੇ ਇਸ ਤੋਂ ਇਲਾਵਾ ਹਰ ਕਿਸਮ ਦੇ ਬਾਗਾਂਤ ਵਾਸਤੇ ਕਿਸੇ ਵੀ ਕਿਸਮ ਦੀ ਫਸਲ ਵਾਸਤੇ ਆਪਣੇ ਕੋਲ ਬਹੁਤ ਹੀ ਖਾਸ ਤੇ ਅੱਛਾ ਮਿੱਟੀ ਵਾਲਾ ਘੱਟ ਕੀਮਤ ਵਿੱਚ ਮੌਕਾ ਹੈਗਾ ਇਹ ਪਰਾਵਾਂ ਦੇ ਸਾਹਮਣੇ। ਬਾਕੀ ਦੋਸਤੋ ਇਹ ਜ਼ਮੀਨ ਦੀ ਡਿਮਾਂਡ ਕੀਤੀ ਹੈ ਮਾਲਕ ਨੇ ਫੀ ਏਕੜ ਦੇ ਹਿਸਾਬ ਨਾਲ 12 ਲੱਖ ਰੁਪਿਆ। ਦੋਸਤੋ 12 ਲੱਖ ਰੁਪਿਆ ਫੀ ਏਕੜ ਦੇ ਹਿਸਾਬ ਨਾਲ ਇਹ ਜ਼ਮੀਨ ਦੀ ਡਿਮਾਂਡ ਹੈ। ਜਿਵੇਂ ਕਿ ਇਲਾਕਾ ਚਕਵਾਲ ਦਾ ਇੱਥੇ ਗਿਣਤੀ ਵੀ ਹੁੰਦੀ ਹੈ ਕਨਾਲ ਦੇ ਹਿਸਾਬ ਨਾਲ ਤੇ ਤਕਰੀਬਨ ਕੋਈ ਇਹ ਆਪਣੇ ਕੋਲੇ 150 ਕਨਾਲ 152 ਕਨਾਲ ਇਹ ਜ਼ਮੀਨ ਹੈਗੀ ਜੇ ਤੇ ਇਹ ਹਿਸਾਬ ਨਾਲ ਫੀ ਕਨਾਲ ਇਹ ਜ਼ਮੀਨ ਦੀ ਡਿਮਾਂਡ ਬਣਦੀ ਪਈ ਹੈ 1.5 ਲੱਖ ਰੁਪਿਆ ਯਾਨੀ ਕਿ 1,50,000 ਰੁਪਿਆ ਫੀ ਕਨਾਲ ਇੰਦੀ ਡਿਮਾਂਡ ਹੈ ਜਿਹੜੀ ਕਿ ਮਾਲਕ ਨੇ ਕੀਤੀ ਹੈ ਦੋਸਤੋ ਡਿਮਾਂਡ ਹੁੰਦੀ ਹੈ ਮਾਲਕ ਦੀ ਮਰਜ਼ੀ ਨਾਲ ਦੋਸਤੋ ਸੌਦਾ ਹੋਣਾ ਮਾਲਕ ਨਾਲ ਆਪਾਂ ਸਭ ਉਹ ਗੱਲ ਕਰਾਂਗੇ ਜਿਵੇਂ ਆਪਾਂ ਨੂੰ ਮਾਲਕ ਕਹਿਣਗੇ ਕਿ ਭਾਈ ਐਨੀ ਡਿਮਾਂਡ ਹੈਗੀ ਏ ਜ਼ਮੀਨ ਦੀ ਕੰਡੀਸ਼ਨ ਜ਼ਮੀਨ ਦੀ ਲੋਕੇਸ਼ਨ ਭਰਾਵਾਂ ਦੇ ਸਾਹਮਣੇ ਦੋਸਤੋ 12 ਲੱਖ ਰੁਪਇਆ ਫੀ ਏਕੜ ਤੇ 1.5 ਲੱਖ ਰੁਪਇਆ ਫੀ ਕਨਾਲ ਕਮੀ ਬੇਸ਼ੀ ਪਿਆਰ ਮੁਹੱਬਤ ਹੋ ਜਾਏਗੀ ਐਨ ਮਾਲ ਤੇ ਮਾਲ ਕੀਤੀ ਮਿਕਸ ਹੋ ਜਾਏਗੀ ਦੋਸਤੋ ਮਸਲਾ ਬਿਲਕੁਲ ਨਹੀਂ ਆਏਗਾ ਹਲਕੇ ਫੁਲਕੇ ਬਿਆਨੇ ਤੇ ਦੋਸਤਾਂ ਨੂੰ ਮੁਕੰਮਲ ਦੀ ਮੁਕੰਮਲ ਜ਼ਮੀਨ ਦਾ ਕਬਜ਼ਾ ਮਿਲੇਗਾ ਜਿਵੇਂ ਆਪਾਂ ਹਰ ਮੂਵੀ ਵਿੱਚ ਗੱਲ ਕਰਦੇ ਹੁੰਦੇ ਹੁਣੇ ਦੋਸਤਾਂ ਨੂੰ ਕਿ ਬੇਸ਼ੱਕ ਆਪ ਨੂੰ ਨਾ ਯਾਦ ਰਵੇ ਆਪਾਂ ਤੋਂ ਬਾਰੇ ਫਿਰ ਦੋਸਤਾਂ ਨੂੰ ਦਿਖਾਉਂਦੇ ਪਏ ਆ ਜਿਹੜਾ ਕਿ ਪਾਣੀ ਵਾਲਾ ਚਸ਼ਮਾ ਹੈਗਾ ਕਿ ਬੇਸ਼ੱਕ ਆਪ ਨੂੰ ਯਾਦ ਨਾ ਰਵੇ ਫਿਰ ਵੀ ਤੁਸੀਂ ਇਹ ਗੱਲ ਆਪਣੀ ਯਾਦ ਰੱਖਣੀ ਹੈ ਕਿ ਜਿਹੜੀ ਵੀ ਆਪਾਂ ਜ਼ਮੀਨ ਦੋਸਤਾਂ ਨੂੰ ਵਖਾਣਦੇ ਹੁੰਦੇ ਹਾਂ ਨਾ ਚਕਵਾਲ ਦੇ ਇਲਾਕੇ 'ਚ ਦੋਸਤਾਂ ਨੂੰ ਮਿਲੇਗਾ ਹਲਕੇ ਫੁਲਕੇ ਬਿਆਨੇ ਤੇ ਮੁਕੰਮਲ ਦੀ ਮੁਕੰਮਲ ਜ਼ਮੀਨ ਦਾ ਕਬਜ਼ਾ ਤੁਸੀਂ ਇੱਥੇ ਆਪਣਾ ਕਬਜ਼ਾ ਜਮਾਨਾ ਹੈ ਆਪਣੀ ਹੱਦਬੰਦੀ ਕਾਇਮ ਕਰਨੀ ਜਦੋਂ ਤੁਸੀਂ ਦੋਸਤ ਆਪਣੇ ਵੱਲੋਂ ਪੂਰ ਮੁਤਮਨ ਹੋ ਜਾਓਗੇ ਬਾਕੀ ਦੀ ਪੇਮੈਂਟ ਕਲੀਅਰ ਕਰਵਾ ਕੇ ਜ਼ਮੀਨ ਆਪਣੇ ਨਾਮ ਟ੍ਰਾਂਸਫਰ ਕਰਵਾਉਣੀ ਕਿਉਂਕਿ ਰਜਿਸਟਰੀ ਇੰਤਕਾਲ ਸ਼ੁਦਾ ਕੰਪਿਊਟਰਾਈਜ਼ ਰਿਕਾਰਡ ਸ਼ੁਦਾ ਇਹ ਆਪਣੇ ਕੋਲ ਮੌਕਾ ਹੈਗਾ ਜੀ ਹਾਜੀ ਅਰਫਾਨ ਅਬਾਦ ਸਾਹਿਬ ਦੇ ਦੋਸਤਾਂ ਦੀ ਸਹੂਲਤ ਵਾਸਤੇ ਦੋਵੇਂ ਨੰਬਰ ਤੁਹਾਡੇ ਸਾਹਮਣੇ ਨੰਬਰ ਉੱਪਰ ਵਾਲਾ ਕਾਲ ਐਂਡ ਵਟਸਐਪ ਨੰਬਰ نیچے ਵਾਲਾ ਸਿਰਫ ਕਾਲ ਤੇ ਕਿਸੇ ਦੋਸਤ ਨਾਲ ਗੱਲ ਕਰਨੀ ਹੋਵੇ ਮੇਰੇ ਨਾਲ ਦੋਸਤੋ ਮੇਰਾ WhatsApp ਨੰਬਰ ਲੱਗਿਆ ਹੁੰਦਾ ਹੈ ਹਰ ਮੂਵੀ ਦੀ ਡਿਸਕ੍ਰਿਪਸ਼ਨ ਦੇ ਵਿੱਚ ਦੋਸਤੋ ਕਾਲ ਨੰਬਰ ਨਹੀਂ ਖਾਲੀ WhatsApp ਨੰਬਰ ਇਹ ਵੀ ਦੋਸਤਾਂ ਦੀ ਸਹੂਲਤ ਵਾਸਤੇ ਦੋਸਤਾਂ ਦੀ ਆਸਾਨੀ ਵਾਸਤੇ ਤਾਂ ਕਿ ਦੋਸਤਾਂ ਦਾ ਆਪਣੇ ਨਾਲ رابطہ ਹੋ ਸਕੇ ਕਿਉਂਕਿ ਕਾਲ ਦੇ ਵਿੱਚ ਅਕਸਰ ਦੌਰਾਨ ਮੁਸਰੂਫੀਅਤ ਕਾਲ ਅਟੈਂਡ ਨਹੀਂ ਹੁੰਦੀ ਲੇਕਿਨ WhatsApp ਤੇ ਵਾਇਸ ਮੈਸੇਜ ਜਰੀਏ ਇੱਕ ਰਿਕਾਰਡ ਪਿਆ ਹੁੰਦਾ ਹੈ ਕਿ ਫਲਾਣ ਦੋਸਤ ਨੇ ਆਪਣੇ ਨਾਲ رابطہ ਕੀਤਾ ਤਾਂ ਪਹਿਲਾਂ ਜਵਾਬ ਦੇਣਾ ਰਿਪਲਾਈ ਕਰਨੀ ਹੈ ਤੇ ਦੋਸਤੋ ਇਨਸ਼ਾ ਅੱਲਾਹ ਤਾਲਾ ਬਾਸ਼ਰਤ ਜ਼ਿੰਦਗੀ ਬਾ ਫਜ਼ਲ ਖੁਦਾ ਮਿਲਾਂਗੇ ਅਗਲੀ ਵੀਡੀਓ ਤੇ ਅੱਲਾ ਹਾਫਿਜ਼